ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅੱਜ ਉਹਨਾਂ ਦਾ 12 ਵਜੇ ਦੇ ਕਰੀਬ ਅੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੀ ਆਪਣੀ ਜ਼ਮੀਨ ਵਿੱਚ ਹੋਵੇਗਾ। ਔਰ ਦੱਸਿਆ ਜਾ ਰਿਹਾ ਕਿ ਬਾਦਲ ਸਾਹਿਬ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਇਸ ਕਰਕੇ ਕੀਤਾ ਜਾ ਰਿਹਾ ਕਿ ਉਹ ਆਪਣੇ ਪਿੰਡ ਨੂੰ ਤੇ ਪਿੰਡ ਦੇ ਲੋਕਾਂ ਨੂੰ ਬੜਾ ਸਤਿਕਾਰ ਤੇ ਬੜੀ ਇੱਜ਼ਤ ਦਿੰਦੇ ਸਨ। ਅੱਜ ਵੀ ਉਹ ਲੋਕ ਜਦੋਂ ਯਾਦ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੱਚਮੁੱਚ ਭਾਵਕ ਹੋ ਜਾਂਦੇ ਨੇ। ਬੇਸ਼ੱਕ ਉਹ 5 ਵਾਰ ਬਤੌਰ ਮੁੱਖ ਮੰਤਰੀ ਰਹੇ ਨੇ, ਪਰ ਉਹਨਾਂ ਦੇ ਵਿੱਚ ਨਿਮਰਤਾ ਔਰ ਪਿਆਰ ਤੇ ਮਿਠਾਸ ਉਹ ਕੁੱਟ ਕੁੱਟ ਕੇ ਭਰੀ ਹੋਈ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਬੇਸ਼ੱਕ ਵਿਧਾਨ ਸਭਾ ਦੇ ਵਿੱਚ ਕਿਉਂ ਨਾ ਹੋਵੇ ਜਾਂ ਆਮ ਜ਼ਿੰਦਗੀ ਦੇ ਵਿੱਚ ਮੇਲ ਮਿਲਾਪ ਕਿਉਂ ਨਾ ਹੋਵੇ, ਉਹ ਹਮੇਸ਼ਾ ਵੱਧ ਚੜ ਕੇ ਲੋਕਾਂ ਦੀ ਮਦਦ ਕਰਦੇ ਸਨ। ਠੀਕ ਹੈ, ਸਰਕਾਰਾਂ ਦੇ ਵਿੱਚ ਕਈ ਵਾਰ ਬਹੁਤ ਕੁਝ ਹੋ ਜਾਂਦਾ, ਲੇਕਿਨ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਆਪਣੇ ਆਪ ਵਿੱਚ ਇੱਕਲਤਾਪਨ ਜਿਹੜਾ ਹੈ ਪਰਿਵਾਰ ਮਹਿਸੂਸ ਕਰਨ ਲੱਗ ਪਿਆ ਕਿ ਉਹਨਾਂ ਦਾ ਲੰਬਾ ਚੌੜਾ ਤਜਰਬਾ ਜਿਹੜਾ ਸੀ ਉਹ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਕੰਮ ਆਉਂਦਾ ਸੀ। ਜੇ ਆਪਾਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਪਿੰਡ ਦੇ ਸਰਪੰਚ ਤੋਂ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਔਰ ਅੱਜ ਤੁਸੀਂ ਦੇਖ ਲਓ ਕਿ 95 ਸਾਲ ਦੇ ਹੋ ਚੁੱਕੇ ਨੇ ਔਰ ਅੱਜ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਹੈ। ਸਵਾਲ ਇੱਥੇ ਵੀ ਪੈਦਾ ਹੁੰਦਾ ਹੈ ਕਿ ਕਈ ਵਾਰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਠੋਰ ਫੈਸਲੇ ਵੀ ਲੈਣੇ ਪੈਂਦੇ ਨੇ ਸਰਕਾਰਾਂ ਨੂੰ, ਸ਼ਾਇਦ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਜੱਦੀ ਜ਼ਮੀਨ ਦੇ ਵਿੱਚ ਅੱਜ ਸੰਸਕਾਰ ਹੋਵੇਗਾ, ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ, ਔਰ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਆਪੋਜੀਸ਼ਨ ਦੇ ਲੀਡਰ, ਆਮ ਆਦਮੀ ਪਾਰਟੀ ਦੇ ਲੀਡਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਔਰ ਹੋਰ ਬਹੁਤ ਸਾਰੇ ਨੇਤਾ ਜਿਹੜੇ ਨੇ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਬਾਦਲ ਪਰਿਵਾਰ ਦੇ ਨਾਲ ਖੜੇ ਨਜ਼ਰ ਆ ਰਹੇ ਨੇ। ਔਰ ਮੈਂ ਇਹ ਦੱਸਦਿਆਂ ਕਿ ਪੰਜਾਬ ਦੇ ਲੋਕਾਂ ਵਿੱਚ ਖਾਸੀਅਤ ਹੈ ਕਿ ਸੁੱਖ 'ਚ ਇੱਕ ਦੂਜੇ ਦੇ ਨਜ਼ਰ ਨਾ ਆਉਣ, ਬੇਸ਼ੱਕ ਕਿਸੇ ਰੁਝੇਵਿਆਂ ਕਰਕੇ ਨਾ ਜਾਣ, ਅੱਗੇ ਪਿੱਛੇ ਚਲੇ ਜਾਂਦੇ, ਪਰ ਦੁੱਖ ਵਿੱਚ ਇਹ ਇੱਕਜੁੱਟ ਜ਼ਰੂਰ ਨਜ਼ਰ ਆਉਂਦੇ ਨੇ। ਸੋ ਅੱਜ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਬਾਦਲ ਸਾਹਿਬ ਦਾ ਅੰਤਮ ਸੰਸਕਾਰ ਹੋਵੇਗਾ, ਔਰ ਜਿਸ ਜਗ੍ਹਾ ਮਤਲਬ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ ਬਾਦਲ ਫੈਮਿਲੀ ਕੀ ਕਰਦੀ ਹੈ ਇਹ ਤਾਂ ਉਹ ਜਾਣਦੀ ਹੈ, ਲੇਕਿਨ ਸੰਸਕਾਰ ਦੇਖੋ ਪਿੰਡ ਵਾਸੀ ਅੱਜ ਸੱਚਮੁੱਚ ਮਤਲਬ ਇੱਕ ਦੂਜੇ ਦੇ ਗਲੇ ਲੱਗ ਲੱਗ ਕੇ ਰੋ ਰਹੇ ਨੇ। ਜਦੋਂ ਚੰਡੀਗੜ੍ਹ ਤੋਂ ਬਾਕਾਇਦਾ ਤੌਰ ਤੇ ਲੰਬੀ ਪਹੁੰਚੀ ਉਹਨਾਂ ਦੀ ਆਖਰੀ ਅੰਤਮ ਯਾਤਰਾ ਜਿਹੜੀ ਹੈ, ਤੇ ਰਸਤੇ ਦੇ ਵਿੱਚ ਕਿਸ ਤਰ੍ਹਾਂ ਪਿੰਡਾਂ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਔਰ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਦੇ ਨਾਰੇ ਵੀ ਲਗਾਏ ਨੇ। ਲੇਕਿਨ ਸਵਾਲ ਇਹ ਹੈ ਕਿ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਬਾਦਲ ਸਾਹਿਬ ਬਚਪਨ ਚ ਖੇਡਿਆ ਕਰਦੇ ਸੀ, ਬਾਦਲ ਸਾਹਿਬ ਬਚਪਨ ਚ ਗਲੀਆਂ ਚ ਘੁੰਮਿਆ ਕਰਦੇ ਸੀ, ਔਰ ਅੱਜ ਉਸੇ ਹੀ ਪਿੰਡ ਦੇ ਵਿੱਚ ਇੰਨੀ ਸ਼ੋਹਰਤ, ਇੰਨਾ ਮਾਣ ਇੱਜ਼ਤ ਲੈ ਕੇ ਉਸੇ ਹੀ ਪਿੰਡ ਦੇ ਵਿੱਚ ਅੱਜ ਉਹ ਇਸ ਸਪੁਰਦੇ ਖਾਕ ਯਾਨੀ ਕਿ ਅੰਤਮ ਸੰਸਕਾਰ ਜਿਹੜਾ ਹੈ ਉਹ ਹੋ ਜਾਏਗਾ।